ਰੇਡੀ ਗੂਗਲ ਮੈਪਸ ਨੇ ਦੱਸਿਆ ਮੌਤ ਦਾ ਰਸਤਾ ਟੁੱਟੇ ਪੁਲ ਤੋਂ ਬੀ ਫੋਟਾ ਹੀਠਾਂ ਡਿੱਗੀ ਕਾਰ ਜੀਪੀਐਸ ਨੇ ਦੱਸਿਆ ਗਲਤ ਰਸਤਾ ਨਹਿਰ ਵਿੱਚ ਡੁੱਬ ਗਏ ਦੋ ਨੌਜਵਾਨ ਡਾਕਟਰ ਅਜਈਆਂ ਸੁਰਖੀਆਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਦੇ ਪੰਨਿਆਂ ਉੱਤੇ ਅਕਸਰ ਪੜਨ ਵੇਖਣ ਨੂੰ ਮਿਲਦੀਆਂ ਹਨ ਡੰਡੀ ਭਾਵੇਂ Google Maps ਨੇ ਧਰਤੀ ਉੱਤੇ ਜੀਵਨ ਸੁਖਾਲਾ ਕਰ ਦਿੱਤਾ ਹੈ ਡੰਡੀ ਘੁੰਮਣਾ ਫਿਰਨਾ ਅਤੇ ਅਣਜਾਣ ਥਾਵਾਂ ਉੱਤੇ ਪਹੁੰਚਣਾ ਆਸਾਨ ਹੋ ਗਿਆ ਹੈ ਡੰਡੀ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਵਿੱਚ ਸਮਾਂ ਘੱਟ ਲੱਗਦਾ ਹੈ ਡੰਡੀ ਰੁਕ ਰੁਕ ਕੇ बार-बार ਰਾ ਰਸਤਾ ਉੱਚਾ ਨਹੀਂ ਪੈਂਦਾ ਪਰ ਕਹਿੰਦੇ ਹਨ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਅਤੇ Google Maps ਐਪ ਮਨੁੱਖ ਨੇ ਹੀ ਬਣਾਇਆ ਹੈ ਡੰਡੀ ਪੂਰੀ ਦੁਨੀਆ ਦੇ ਹਰੇਕ ਥਾਂ ਦੇ ਨਕਸ਼ਿਆਂ ਨੂੰ ਹਰ ਵੇਲੇ ਅਪਡੇਟ ਰੱਖਣਾ ਸੰਭਵ ਨਹੀਂ ਹੈ ਡੰਡੀ ਕਿੱਥੇ ਕੀ ਤਬਦੀਲੀ ਹੋ ਗਈ ਹੈ ਕਿੱਥੇ ਕਿਹੜਾ ਨੁਕਸਾਨ ਹੋ ਗਿਆ ਹੈ ਕਿਹੜੀ ਸੜਕ ਖਰਾਬ ਹੈ ਕਿਹੜਾ ਪੁਲ ਵਰਤੋਂ ਵਿੱਚ ਨਹੀਂ ਹੈ ਕਿਹੜਾ ਪੁਲ ਟੱਗ ਗਿਆ ਹੈ Google Maps ਨੂੰ ਸਭ ਜਾਣਕਾਰੀ ਨਹੀਂ ਹੁੰਦੀ ਡੰਡੀ ਜਾਣਕਾਰੀ ਹੋਵੇ ਵੀ ਤਾਂ ਦੁਨੀਆ ਪਰ ਦੇ ਨਕਸ਼ਿਆਂ ਦੀ 100% ਦੀ ਸ਼ੁੱਧਤਾ ਸੰਭਵ ਨਹੀਂ ਡੰਡੀ ਜੇਕਰ ਸਰਵਰ ਵਿੱਚ ਕੋਈ ਸਮੱਸਿਆ ਹੈ ਤਾਂ ਵੀ ਗੂਗਲ ਮੈਪਸ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਡੰਡੀ ਜੇਕਰ ਨੈਟਵਰਕ ਮਜ਼ਬੂਤ ਨਹੀਂ ਹੈ ਤਦ ਵੀ ਸਥਾਨ ਦੀ ਸਹੀ ਜਾਣਕਾਰੀ ਸਹੀ ਰਾਹ ਰਸਤਾ ਸਥਾਪਤ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਡੰਡੀ ਕਈ ਵਾਰ ਉੱਚੀਆਂ ਮਾਰਤਾ ਸੰਗਣੇ ਰੇਡੀ ਰੁੱਖ ਪਹਾੜ ਆਦਵੀ ਅਜਈਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਡੰਡੀ ਬਿਹਤਰ ਹੋਵੇਗਾ ਕਿ ਆਪਣੇ ਸਾਫਟਵੇਅਰ ਨੂੰ ਅਕਸਰ ਅਪਡੇਟ ਕਰਦੇ ਰਹੋ ਅਤੇ ਆਪਣੇ ਰੂਟ ਆਪਣੇ ਸਫ਼ਰ ਨਾਲ ਸਵੰਦ ਦਿੱਤਾ ਇਲਾਕੇ ਦੇ ਨਕਸ਼ੇ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ ਤਾਂ ਜੋ ਲੋਡ ਵੇਲੇ ਉਸ ਉੱਤੇ ਨજર ਮਾਰੀ ਜਾ ਸਕੇ ਡੰਡੀ ਇੱਕ ਵਾਰ ਅਸੀਂ ਕਾਪਸ ਹਾਰਬਰ ਤੋਂ ਸਿਡਨੀ ਆ ਰਹੇ ਸੀ ਰਾਤ ਦਾ ਸਮਾਸੀ ਡੰਡੀ 6 ਘੰਟੇ ਦਾ ਸਫ਼ਰ ਸੀ ਬਹੁਤਿਆਂ ਨੂੰ ਨੀਂਦ ਆ ਰਹੀ ਸੀ ਡੰਡੀ ਇਸ ਲਈ ਉਹ ਕਾਰ ਚਲਾਉਣ ਵਾਲੇ دوست ਨੂੰ ਜੀਪੀਐਸ ਆਣ ਕਰਨ ਲਈ ਕਹਿਣ ਲੱਗੇ ਡੰਡੀ ਉਸ ਨੇ ਇਹ ਕਹਿੰਦੇ ਹੋਏ ਜੀਪੀਐਸ ਉੱਤੇ ਜਾਣ ਤੋਂ ਮਨਾ ਕਰ ਦਿੱਤਾ ਕਿ ਇੱਕ ਵਾਰ ਇਸੇ ਰੂਟ ਉੱਤੇ ਜੀਪੀਐਸ ਨੇ ਸ਼ਾਰਟਕਟ ਮਾਰਨ ਦੇ ਲਾਲਚ ਵਿੱਚ ਸਾਨੂੰ ਪਿੰਡਾਂ ਦੇ ਰਸਤੇ ਪਾ ਦਿੱਤਾ ਅਤੇ ਬੜੀ ਖੱਜਲਖਵਾਰੀ ਹੋਈ ਅਤੇ ਉਸ ਵੇਲੇ ਅਸੀਂ ਕੰਨਾ ਨੂੰ ਹੱਥ ਲਾ ਲਏ ਕਿ ਇਸ ਦੀ ਵਰਤੋਂ ਨਾ ਸਰਦੇ ਨੂੰ ਹੀ ਕਰਨੀ ਹੈ ਹਰ ਵੇਲੇ ਨਹੀਂ ਡੰਡੀ ਇੰਡੋਨੇਸ਼ੀਆ ਵਿੱਚ ਬੜਾ ਅਜੀਬ ਮਾਮਲਾ ਸਾਹਮਣੇ ਆਇਆ ਹੈ ਡੰਡੀ ਗੂਗਲ ਮੈਪਸ ਦੀ ਗਲਤੀ ਕਾਰਨ ਇੱਕ ਬਰਾਤ ਬੜੀ ਮੁਸੀਬਤ ਵਿੱਚ ਫਸ ਗਈ ਡੰਡੀ ਗੂਗਲ ਮੈਪਸ ਦੁਆਰਾ ਦੱਸੇ ਰਸਤੇ ਅਨੁਸਾਰ ਸ਼ਾਦੀ ਵਾਲੇ ਦਿਨ ਵਿਆਹ ਵਾਲਾ ਲੜਕਾ ਬਰਾਤ ਸਮੇਤ ਕਿਸੇ ਹੋਰ ਹੀ ਘਰ ਪਹੁੰਚ ਗਿਆ ਡੰਡੀ ਸਵਾਬ ਨਾਲ ਉਸ ਦਿਨ ਉਸ ਘਰ ਵਿੱਚ ਵੀ ਲੜਕੀ ਦੀ ਸ਼ਾਦੀ ਸੀ ਅਤੇ ਲੜਕੀ ਵਾਲੇ ਬਰਾਤ ਦੀ ਉਡੀਕ ਕਰ ਰਹੇ ਸਨ ਡੰਡੀ